ਵੇਰੇ ਕੋਈ ਵੀ ਫਾਈਲ ਆ ਸਾਰੀਆਂ ਗੱਲਾਂ ਨੇ ਕਿਹਨਾਂ ਦਾ ਛੋਟੀ ਗੱਲ ਕਰੀਏ ਨਿਚੋੜ ਇਹ ਆ ਕਿ ਆਪਦੀ ਫਾਈਲ ਕੋਈ ਵੀ ਕੈਟੇਗਰੀ ਆ ਸੱਚ ਬੋਲੋ ਕੱਲੇ ਕੱਲੇ ਡਾਕੂਮੈਂਟ ਦਾ ਸੱਚ ਬੋਲੋ ਕੱਲੀ ਕੱਲੀ ਐਸਓਬੀ ਦੇ ਸ਼ਬਦ ਦਾ ਸੱਚ ਬੋਲੋ ਫਾਈਲਿੰਗ ਦਾ ਸੱਚ ਬੋਲੋ ਸੱਚ ਦੇ ਆਧਾਰ ਤੇ ਫਾਈਲਿੰਗ ਕਰੋ ਥੋੜਾ ਵੀਜ਼ਾ ਛੇਤੀ ਕਿਤੇ ਰਿਫਿਊਜ਼ ਨਹੀਂ ਹੁੰਦਾ ਜੇ ਹੋਇਆ ਤਾਂ ਕਿਸੇ ਕਾਨੂੰਨਨ ਤੌਰ ਤੇ ਹੋਊਗਾ ਕੋਈ ਲੀਗਲ ਕਮੀ ਕਰਕੇ ਹੋਊਗਾ ਨਹੀਂ ਵੈਸੇ ਨਹੀਂ ਹੋ ਸਕਦਾ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਬੜੀ ਜ਼ਰੂਰੀ ਜੀ ਗੱਲ ਆ ਫਿਰ ਵੀਰੇ ਤੇ ਜਾਣੇ ਆ ਜਿਹੜੀਆਂ ਚੀਜ਼ਾਂ ਆਪਾਂ ਵੀਜ਼ੇ ਤੋਂ ਪਹਿਲਾਂ ਕਰ ਸਕਦੇ ਆ ਜਵੇ ਆਉਦੀ ਐਸਪੀ ਬਣਾਉਣਾ ਸਹੀ ਕਾਲਜ ਚੁਣਨਾ ਸਹੀ ਕੋਰਸ ਚੁਣਨਾ ਸਹੀ ਅੰਬੈਸੀ ਅੰਬੈਸੀ ਕਿਹੜਾ ਕੋਈ ਕੰਟਰੀ ਸਹੀ ਚੁਣਨਾ ਸਹੀ ਪ੍ਰੋਵਿੰਸ ਚੁਣਨਾ ਸਹੀ ਤਰੀਕੇ ਨਾਲ ਡਾਕੂਮੈਂਟੇਸ਼ਨ ਕਰਨੀ ਸਹੀ ਤਰੀਕੇ ਨਾਲ ਫਾਈਲ ਲਾਉਣੀ ਹੁਣ ਮੇਰੇ ਕੋਲ ਇੰਨੀਆਂ ਫਾਈਲਾਂ ਹਜ਼ਾਰਾਂ ਚ ਫਾਈਲਾਂ ਮੈਂ ਇਕੱਲਾ ਤਾਂ ਲਾ ਨਹੀਂ ਸਕਦਾ ਤਾਂ ਹੀ ਅਸੀਂ ਇਹਨੇ ਬੱਚੇ ਨੂੰ ਕੋਲੇ ਬਿਠਾ ਲਓ ਯਾਰ ਕੋਈ ਕਮੀ ਨਾ ਰਹੇ ਜੇ ਕੱਲੋਂ ਸਾਡੇ ਤੋਂ ਕੋਈ ਸਵਾਲ ਨਾ ਕਰ ਪਵੇ ਕਿ ਬਈ ਤੂੰ ਤੁਸੀਂ ਫਾਈਲ ਲਾਈ ਸੀ ਕੀ ਗਲਤੀ ਕੀਤੀ ਸਾਡੀ ਫਾਈਲ ਚ ਕਿਉਂਕਿ ਜਦੋਂ ਅਸੀਂ ਸਾਡੇ ਕੋਲ ਰਿਫਿਊਜ਼ਲ ਕਿਸੇ ਦੇ ਵੀ ਆ ਸਕਦੀ ਹੈ ਮੇਰੇ ਹੱਥ 'ਚ ਮੈਂ ਪਹਿਲੇ ਕਹਿ ਚੁੱਕਾ ਜੇ ਹੁਣ ਰਿਫਿਊਜ਼ਲ ਆ ਗਈ ਤੁਸੀਂ ਚੱਕ ਕੇ ਕਿਸੇ ਹੋਰ ਜਨਟ ਕੋਲ ਗਏ ਜਨਟ ਕੋਲ ਲੈ ਅੱਛਾ ਯੂਐਲਓ ਤਾਂ ਸਾਡੇ ਤੇ ਵੈਸੇ ਲੱਗਦੇ ਆ ਉਹਨੇ ਕਹਿ ਦੇਣਾ ਲਾਉਣ ਤਾਂ ਫਾਈਲ ਹੀ ਨਹੀਂ ਸਹੀ ਲਾਈ ਹੋਣੀ ਤਾਂ ਬੱਚੇ ਨੂੰ ਕੋਲੇ ਭਾਈਦਾ ਕਿ ਬੱਚੇ ਨੂੰ ਪਤਾ ਹੋਵੇ ਕਿ ਬੱਚਾ ਅਗਲੇ ਜਨਟ ਕੋਲ ਜਾਵੇ ਉਹ ਕਹਣਗੇ ਦੱਸ ਵੀ ਸਹੀ ਫਾਈਲ ਕਿਹੜੀ ਆ ਜਦੋਂ ਦੱਸੇ ਫਿਰ ਬੱਚੇ ਨੂੰ ਪਤਾ ਹੋਵੇਗਾ ਕਿ ਮੇਰੀ ਆਈ ਲੱਗੀ ਸੀ ਜੇ ਉਹਦੀ ਬਾਈਚੈਂਸ ਰਿਫਿਊਜ਼ਲ ਆਉਂਦੀ ਵੀ ਆ ਤਾਂ ਸਾਡੇ ਵੱਲੋਂ ਕਮੀ ਨਹੀਂ ਹੋਣੀ ਚਾਹੀਦੀ ਚਾਹੇ ਤੁਸੀਂ ਆਂ ਚਾਹੇ ਮੈਂ ਆ ਆਪਣੇ ਵੱਲੋਂ ਜਿਹੜੀਆਂ ਚੀਜ਼ਾਂ ਆਪਾਂ ਫਾਈਲ ਲਾਉਣ ਤੋਂ ਪਹਿਲਾਂ ਕਰ ਸਕਦੇ ਆ ਚ